ਬਸੰਤ ਦਾ ਸੰਬੰਧ ਮੌਲਣ ਵੇਖਣ ਪ੍ਰਫੁੱਲਿਤ ਹੋਣ ਨਾਲ ਹੈ। ਕਿੰਨੀ ਬਾਣੀ, ਕਿੰਨਾ ਭਾਰਤੀ ਸਾਹਿਤ ਗੁਰਬਾਣੀ ਲਿਖੀ। ਬਸੰਤ ਦਾ ਸੰਬੰਧ ਮਾਂ ਸਰਸਵਤੀ ਨਾਲ ਵੀ ਜੋੜਦੇ ਨੇ, ਸ਼ਾਰਦਾ ਨਾਲ, ਜਿਹੜੀ ਕਲਾ ਦੀ ਦੇਵੀ ਹੈ। ਆਓ ਇੱਕ ਰਚਨਾ ਡਾਕਟਰ ਪ੍ਰੇਮ ਸਾਗਰ ਜਲੰਧਰ ਸਾਡੇ ਦੋਸਤ ਨੇ, ਉਹਨਾਂ ਦੀ ਬੰਦਿਸ਼ ਹੈ, ਜਯ ਜਯ ਮਾਂ ਸ਼ਾਰਦੇ ਵੀਣਾ ਪੁਸਤਕ ਧਾਰਿਣੀ ਮਾਂ ਵਿਦਿਆ ਗਿਆਨ ਗਾਵੇ ਮਹਿਮਾ ਤੇਰੀ ਪਾਵੇ ਗੁਣ ਗੁਰੂ ਗਿਆਨੀ ਜਯ ਜਯ ਮਾਂ ਸ਼ਾਰਦੇ। ਬਸੰਤ ਜਿਹੜਾ ਹੁਣ ਮੈਂ ਗਾ ਰਿਹਾ ਇਹ ਪੂਰਬੀ ਘਾਟ ਦਾ ਹੀ ਹੈ, ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਰਾਗ ਪੂਰੀਆ ਧਨਾਸ਼ਰੀ, ਪੂਰੀਆ ਧਨਾਸ਼ਰੀ ਪੰਜਾਬੀ ਚ ਧਨਾਸਰੀ, ਔਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧਨਾਸਰੀ ਹੈ ਉਹ ਵੀ ਧਨਾਸਰੀ ਜਿਹੜਾ ਹਿੰਦੁਸਤਾਨੀ ਸੰਗੀਤ 'ਚ ਬਹੁਤ ਘੱਟ ਜਾਂਦਾ ਹੈ, ਉਹ ਕਾਫੀ ਘੱਟ ਦਾ ਧਨਾਸਰੀ ਭੀਮ ਪਲਾਸੇ ਨਾਲ ਗੱਲਾਂ ਚੱਲਦਾ। ਇਹ ਜਿਹੜਾ ਧਨਾਸਰੀ ਹੈ ਪੂਰੀਆ ਧਨਾਸਰੀ ਹੈ ਇਹ ਪੂਰਬੀ ਘਾਟ ਦਾ। ਤੀਸਰਾ ਇੱਕ ਧਨਾਸਰੀ ਭੈਰਵੀ ਘਾਟ ਦਾ ਵੀ ਸਾਡੇ ਉਸਤਾਦ ਜੀ ਨੇ ਸਾਨੂੰ ਸਿਖਾਇਆ, ਘੱਟ ਜਾਂਦੇ ਆ ਹੁਣ ਬਹੁਤ ਘੱਟ। ਅਤੇ ਬਸੰਤ ਹਿੰਦੁਸਤਾਨੀ ਸੰਗੀਤ ਵਿੱਚ ਜ਼ਿਆਦਾ ਜਿਹੜਾ ਗਾਇਆ ਜਾਂਦਾ ਉਹ ਪੂਰਬੀ ਘਾਟ ਦਾ, ਦੋਨੋਂ ਮਾਧਿਅਮ ਨਾਲ ਹੀ ਗਾਉਂਦੇ ਹਨ। ਮੈਨੂੰ ਲੱਗਦਾ ਸਾਊਂਡ ਜ਼ਿਆਦਾ ਲਾਊਡ ਤਾਂ ਨਹੀਂ ਆ ਰਹੀ, ਜਿਹੜਾ ਗੁਰਮਤ ਸੰਗੀਤ ਲਈ ਪਸੰਦ ਹੈ ਉਹ ਸ਼ੁੱਧ ਸੁਰਾਂ ਦਾ ਬਿਲਾਵਲ ਘਾਟ ਦਾ ਸ਼ੁੱਧ। ਹਾਲਾਂਕਿ ਦਰਬਾਰ ਸਾਹਿਬ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਦੋਨੋਂ ਹੀ ਬਸੰਤ ਗਾਏ ਜਾ ਰਹੇ ਨੇ, ਕਿਉਂਕਿ ਦੋਨੋਂ ਹੀ ਪਰੰਪਰਾਵਾਂ ਨੇ, ਭਾਈ ਬਲਵੀਰ ਸਿੰਘ ਜੀ ਵੀ ਉਹ ਗਾਉਂਦੇ ਸਨ। ਆਓ ਇਸ ਬੰਦਿਸ਼ ਨਾਲ ਜੇ ਕਹੋ ਕਿ ਸਮਾਪਤੀ ਕਰਾਂਗੇ, ਨਹੀਂ ਤਾਂ ਕਦੀ ਹੋਰ ਚੀਜ਼ ਸਮਾਂ ਵੈਸੇ ਬਹੁਤ ਹੋ ਗਿਆ ਕਿਉਂਕਿ ਅਸੀਂ ਥੋੜ੍ਹਾ ਪੁੱਛਣ ਦੀ ਸ਼ੁਰੂ ਕੀਤੀ। ਬਸੰਤ ਚਾਹੇ ਪੂਰਬੀ ਘਾਟ ਦਾ ਹੈ ਭਾਵੇਂ ਬਿਲਾਵਲ ਘਾਟ ਦਾ ਹੈ, ਇਹਦੇ ਵਿੱਚ ਬਾਜੀ ਸੁਰ ਹੈ ਤਾਰ ਸਾਹਿਬ, ਬਹੁਤ ਘੱਟ ਰਾਗਾਂ 'ਚ ਹੁੰਦਾ ਬਾਜੀ ਤਾਰ ਸਾਹਿਬ। ਬਸੰਤ ਦਾ ਉਠਾਨ ਮਾਧਾਰੇ
Yeah.